ਹਾਂਜੀ, ਕਿੱਦਾਂ ਸਾਰੇ ਵੀਰ ਭਰਾ, ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਇਸ ਵਾਲੀ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਨੂੰ ਇੱਕ ਵੱਡਾ ਟੂਰਨਾਮੈਂਟ, ਜਿੱਥੇ ਜੋ ਹੈ ਬੈਸਟਾਂ ਬਾਰੇ ਤਾਂ ਆਪਾਂ ਹੋਰ ਟੂਰਨਾਮੈਂਟਾਂ 'ਤੇ ਸੁਣਿਆ ਹੁੰਦਾ ਵੀ ਬੈਸਟਾਂ ਨੂੰ ਟਰੈਕਟਰ ਆ, ਪਰ ਇਸ ਟੂਰਨਾਮੈਂਟ 'ਤੇ ਵੱਖਰੀ ਗੱਲ ਹੋਣੀ ਆ ਬੈਸਟਾਂ ਲਈ। ਇਸ ਟੂਰਨਾਮੈਂਟ 'ਤੇ ਨਿੱਕਾ ਇਨਾਮ ਆ, ਪਰ ਰੇਡਾਂ ਜੱਫਿਆਂ 'ਤੇ ਵੱਡੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ। ਇਸ ਕੱਪ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲਾਂ ਚੈਨਲ 'ਤੇ ਜੋ ਵੀਰ ਨਵੇਂ ਆਏ ਆ, ਸਬਸਕ੍ਰਾਈਬ ਕਬੱਡੀ ਦੀਆਂ ਵੀਡੀਓ ਲਈ ਤਾਂ ਜ਼ਰੂਰ ਕਰ ਲਓ, ਕਬੱਡੀ ਦੀ ਅਪਡੇਟ ਇਸ ਚੈਨਲ 'ਤੇ ਪਾਉਂਦੇ ਰਹਿੰਦੇ ਹਾਂ, ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ। ਇਹ ਟੂਰਨਾਮੈਂਟ ਦੀ ਗੱਲ ਕਰੀਏ, ਬੇਗੋਵਾਲ ਦੇ ਵਿੱਚ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇਹ ਵੱਡਾ ਕਬੱਡੀ ਕੱਪ ਕਰਵਾਇਆ ਜਾਣਾ, ਰਿਕਾਰਡ ਬਣਨੇ ਆ ਜਿਸ ਕਬੱਡੀ ਕੱਪ 'ਤੇ, ਵੱਡੀਆਂ ਟੀਮਾਂ 'ਤੇ ਵੱਡਾ ਮੇਲਾ ਇਹ ਹੋਣ ਜਾ ਰਿਹਾ 3 ਜਨਵਰੀ ਦੇ ਦਿਨ ਬੇਗੋਵਾਲ ਕਪੂਰਥਲੇ ਜ਼ਿਲ੍ਹੇ 'ਚ 8 ਅੰਤਰਰਾਸ਼ਟਰੀ ਕਲੱਬਾਂ ਨੇ ਖੇਡਣਾ, ਜਿੱਥੇ ਕਿ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਹੋਣੇ ਆ 1,00,000, ਪਹਿਲਾ ਇਨਾਮ, ਦੂਜਾ ਇਨਾਮ 75,000, ਰੇਡਾਂ 'ਤੇ ਜੱਫਿਆਂ 'ਤੇ 4 ਟਰੈਕਟਰ ਲੱਗਣੇ ਆ ਇੱਥੇ ਰੇਡਾਂ 'ਤੇ ਜੱਫਿਆਂ 'ਤੇ। ਇਹ ਗੱਲ ਵੱਖਰੀ ਕੀਤੀ ਹੈ ਇਹਨਾਂ ਬੇਗੋਵਾਲ ਵਾਲਿਆਂ ਨੇ, ਸਿਰਾ ਗੱਲਬਾਤ ਕਰਾਉਣੀ ਹੈ ਇਸ ਟੂਰਨਾਮੈਂਟ 'ਤੇ। ਰੇਡਾਂ 'ਤੇ ਜੋ ਹੈ ਜੱਫਿਆਂ 'ਤੇ 4 ਟਰੈਕਟਰ ਦਿੱਤੇ ਜਾਣਗੇ, 5 ਰੇਡਾਂ 'ਤੇ ਲੱਗ ਸਕਦਾ, 4 ਜੱਫਿਆਂ 'ਤੇ ਲੱਗ ਸਕਦਾ ਕਿਸੇ ਖਿਡਾਰੀ ਦੇ। ਇਹ ਕਰਮਾਂ ਵਾਲੇ ਟਰੈਕਟਰ ਕਿੱਧਰ ਜਾਣੇ ਆ, ਇਹ ਵੀ ਜੋ ਹੈ ਕਿਸੇ ਕਰਮਾਂ ਵਾਲੇ ਖਿਡਾਰੀ ਦੇ ਭਾਗ ਖੁੱਲ੍ਹਣੇ ਆ। ਵੱਡੇ ਕੱਪ ਹੋਣ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਇਦੂ ਵੀ ਤਗੜੇ ਕੱਪਾਂ ਬਾਰੇ ਤੁਹਾਨੂੰ ਵੀਡੀਓ ਮਿਲੂਗੀ, ਤਾਂ ਕਰਕੇ ਸਬਸਕ੍ਰਾਈਬ 'ਤੇ ਵੀਡੀਓ ਲਾਈਕ ਜ਼ਰੂਰ ਕਰਿਓ। 365 'ਤੇ ਇਸ ਵੱਡੇ ਕੱਪ ਦਾ ਲਾਈਵ ਚੱਲਣਾ, ਦੇਖਾਂਗੇ ਇਹ ਵੀ 4 ਟਰੈਕਟਰ ਰੇਡਾਂ ਜੱਫਿਆਂ 'ਤੇ ਲੱਗਣੇ ਆ, ਅਤੇ ਕਿਹੜਾ ਜਿੱਤੂਗਾ, ਕਿਹੜਾ ਖਿਡਾਰੀ ਲੈ ਕੇ ਜਾਊਗਾ। ਇਹ ਵੱਡਾ ਕੱਪ ਤੁਹਾਨੂੰ ਦੱਸਣਾ ਸੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਬੱਡੀ ਗਰੁੱਪਾਂ ਦੇ ਵਿੱਚ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ। ਨਵੀਂ ਅਪਡੇਟ ਲੈ ਕੇ ਮਿਲਦੇ ਹਾਂ, ਧੰਨਵਾਦ।